पंजाब दे खेतीबाड़ी अते किसान भलाई विभाग नाल संबंधित खेतीबाड़ी सब इंस्पैक्टर ने पे पैरिटी बहाल ना होण अते डीपीसी ना होण दे रोस वजो अज गुरदासपुर विच जिला पद्धरी धरना शुरू कर दिता है। इस तहत समुचे जिला अंदर खेतीबाड़ी सब इंस्पैक्टर कोई भी कामकाज नहीं करेंगे जिन्हां वलों सरकार नूं चेतावनी दित्ती गई है। मैं जी कुलदीप सिंह खेतीबाड़ी उपनगर जिला गुरदासपुर का प्रधान। साडियां जी दो मुख मंगा है जी। पहला असी 22 तरीक नूं एक रोस मुजाहरा किया सी एक दिन लई, उहदे विच आपां दो मुख मंगा अपनी रखियां सी, जिहदे विच एक साडी जिहड़ी आ पे जिहड़ी स्केल जिहड़े आ उह वैटनरी जिहड़े इंस्पैक्टर आ उहनां दे बराबर साडियां पे स्केल कीते जाण। दूसरी साडी मुख मंग सीगी साडी 2013 बैच दी जिहड़ी डीपीसी जिहड़ी आ उह पेंडिंग पई आ, ਉਹ ਸਾਡੀ ਜਿਹੜੀ ਆ ਡੀਪੀਸੀ ਛੇਤੀ ਛੇਤੀ ਕਰਕੇ ਤੇ ਸਾਡੀ ਜਿਹੜੀਆਂ ਬਣਦੀਆਂ ਤਰੱਕੀਆਂ ਜਿਹੜੀਆਂ ਸਾਡੇ ਮਹਿਕਮੇ ਦੇ ਮੁਲਾਜ਼ਮਾਂ ਦੀਆਂ ਉਹ ਸਾਨੂੰ ਦਿੱਤੀਆਂ ਜਾਣ। ਇਹ ਹੁਣ ਇਸ ਤੋਂ ਬਾਅਦ ਵਿੱਚ ਆਪਾਂ 6 ਤਰੀਕ ਨੂੰ ਪਟਿਆਲਾ ਵਿੱਚ ਆਪਾਂ ਪੂਰੇ ਪੰਜਾਬ ਤੋਂ ਉੱਥੇ ਸਬ ਇੰਸਪੈਕਟਰ ਇਕੱਠੇ ਹੋ ਕੇ ਆਪਾਂ ਮੋਤੀ ਮਹਿਲ ਵੱਲ ਜਾ ਕੇ ਕੈਪਟਨ ਸਾਹਿਬ ਨੂੰ ਇਹ ਰੋਸ਼ ਮੁਜ਼ਾਹਰਾ ਕੀਤਾ ਸੀਗਾ ਵੀ ਸਾਡੀਆਂ ਜਿਹੜੀਆਂ ਮੁੱਖ ਮੰਗਾਂ ਜਿਹੜੀਆਂ ਹੈਗੀਆਂ ਅਤੇ ਮੁੱਖ ਮੰਗਾਂ ਵੀ ਨੇ ਸਾਡੀਆਂ ਬਿਲਕੁਲ ਜਾਇਜ਼ ਮੰਗਾਂ ਨੇ। ਇਹ ਬਹੁਤ ਚਿਰ ਤੋਂ ਸਾਡੀ ਮੰਗ ਚੱਲ ਰਹੀ ਹੈ, ਕੋਈ ਨਜਾਇਜ਼ ਮੰਗ ਨਹੀਂ ਕਰ ਰਹੇ। ਇੱਕ ਸਾਡੀ ਸਕੇਲ ਜਿਹੜੇ ਆ ਬਹੁਤ ਚਿਰ ਤੋਂ ਰਵਾਈਜ਼ ਨਹੀਂ ਉਹ ਕੀਤੇ ਜਾਣ, ਦੂਸਰੀ ਸਾਡੀ ਜਿਹੜੀ ਤਰੱਕੀ ਆ ਉਹ ਬਣ ਰਹੀ ਆ, ਸਾਡੀ ਸਾਡੇ ਸਾਰੇ ਆਪਾਂ ਉਹ ਕੰਡੀਸ਼ਨਾਂ ਪੂਰੀਆਂ ਕਰਦੇ ਹਾਂ, ਸਾਡੀ ਫਾਈਲ ਤਿਆਰ ਹੋ ਕੇ ਬਿਲਕੁਲ ਸਰਕਾਰ ਦੇ ਟੇਬਲ 'ਤੇ ਪਈ ਆ, ਉਹਨੂੰ ਸਾਡੀ ਆ ਉਹ ਜਲਦੀ ਜਲਦੀ ਉਹ ਪੂਰੀ ਕੀਤੀ ਜਾਏ। ਅਤੇ ਉਸ ਤੋਂ ਬਾਅਦ ਅਸੀਂ 6 ਤਰੀਕ ਤੋਂ ਬਾਅਦ ਧਰਨਾ ਲਾਉਣ ਤੋਂ ਬਾਅਦ ਅਸੀਂ ਡਿਸਾਈਡ ਕੀਤਾ ਸਟੇਟ ਬੋਡੀ ਨੇ ਕਿ ਅਸੀਂ ਜਿਹੜੀ ਆ ਆਪਣੇ ਜ਼ਿਲ੍ਹਾ ਹੈੱਡਕੁਆਟਰ ਜਿਹੜੇ ਆ ਉੱਥੇ ਪੂਰੇ ਪੰਜਾਬ ਦੇ ਵਿੱਚ ਆਪਾਂ ਇਕੱਠੇ ਹੋ ਕੇ ਆਪਣੀ ਜਿਹੜੀ ਆ ਕੰਟੀਨਿਊਲੀ ਆਪਾਂ ਰੋਜ਼ਾਨਾ ਇੱਥੇ ਜਿਹੜੇ 9 ਤੋਂ 5 ਵਜੇ ਤੱਕ ਧਰਨਾ ਲਾਵਾਂਗੇ। ਹਾਂਜੀ, ਮੇਰਾ ਨਾਮ ਨਵਦੀਪ ਕੌਰ ਹੈ, ਮੈਂ ਖੇਤੀਬਾੜੀ ਸਬ ਇੰਸਪੈਕਟਰ। ਅਸੀਂ ਆਪਣੀ ਯੂਨੀਅਨ ਦੇ ਨਾਲ 5 ਰੋਜ਼ਾ ਧਰਨੇ 'ਤੇ ਬੈਠੇ ਹਾਂ। ਪਹਿਲਾਂ ਅਸੀਂ ਪਟਿਆਲੇ 6 ਤਰੀਕ ਨੂੰ ਰੈਲੀ ਕਰਕੇ ਆਏ ਹਾਂ। ਸਾਡੀਆਂ ਮੁੱਖ ਮੰਗਾਂ ਜਿਹੜੀਆਂ ਨੇ ਉਹ ਸਾਡੀ ਪੇ ਪੈਰਿਟੀ ਬਹਾਲ ਕਰਨ ਦੀਆਂ ਨੇ, ਔਰ ਨਾਲ ਹੀ ਸਾਡੀ ਡੀਪੀਸੀ ਜਿਹੜੀ ਆ ਕਾਫੀ ਦੇਰ ਤੋਂ ਲਟਕੀ ਪਈ ਹੈ, ਮੰਗ ਜਿਹੜੀ ਸਾਡੀ ਨਹੀਂ ਹੋ ਰਹੀ ਹੈਗੀ, ਅਤੇ ਅਸੀਂ ਇਸ ਲਈ ਇੱਥੇ ਜਿਹੜੇ ਆ ਹੜਤਾਲ 'ਤੇ ਬੈਠੇ ਹਾਂ। ਰੂਪਰੇਖਾ ਫਿਲਹਾਲ ਅਸੀਂ ਸ਼ੁੱਕਰਵਾਰ ਤੱਕ ਜਿਹੜਾ ਹੈ ਇੱਥੇ ਆਪਾਂ ਬੈਠਣਾ ਹੈ ਆਪਣੇ ਧਰਨੇ 'ਤੇ। ਉਸ ਤੋਂ ਬਾਅਦ ਫਿਰ ਆਪਾਂ ਜਿਹੜੀ ਜੋ ਸਾਡੀ ਯੂਨੀਅਨ ਦੀ ਸਾਰਿਆਂ ਦੀ ਸਲਾਹ ਹੋਏਗੀ ਜਥੇਬੰਦੀ ਦੀ, ਅਸੀਂ ਉਹਨਾਂ ਦੇ ਨਾਲ ਚੱਲਾਂਗੇ।